ਜੀਤ ਬਾਈ ਉਹ ਮੇਰੇ ਤਾਂ ਇੱਕ ਪਾਸੇ ਬਾਹੇ ਖਿੱਚੀ ਗਈ ਉਹ ਜਿਹਾ ਕੀ ਬੰਦ ਕਰ ਲਿਆ ਉਹਦੇ ਕੋਈ ਮੇਮ ਤਾਂ ਨੀ ਬੰਦ ਕਰ ਲਿਆ ਯਾਰ ਉਹ ਮੇਮ ਕਿਤੇ ਅਟੈਚੀ ਚ ਬੰਦ ਕਰਕੇ ਲਿਆਈ ਦੀ ਮੈਂ ਕਿਹਾ ਸ਼ਾਇਦ ਬਾਈ ਕਸਟਮ ਬਚਾਉਣ ਦੇ ਮਾਰੇ ਨੇ ਮੇਮ ਇਹਦੇ ਜੀ ਬੰਦ ਕਰ ਲਈ ਹੋਵੇ ਉਹ ਮੇਮਾਂ ਦੇ ਕਿਤੇ ਕਸਟਮ ਲੱਗਦਾ ਜੇ ਕਸਟਮ ਨਹੀਂ ਲੱਗਦਾ ਤਾਂ ਦੋ ਚਾਰ ਮੇਮਾਂ ਮੇਰੇ ਵਾਸਤੇ ਲਿਆਉਂਦਾ ਬਾਈ ਉਹ ਮੇਮਾ ਬਲੈਚ ਕਿਤੇ ਐਵੇਂ ਮਿਲ ਜਾਂਦੀ ਹੈ ਜਿਹੜੀ ਮੈਂ ਤੇਰੇ ਵਾਸਤੇ ਲਿਆਂਦਾ ਅਜੀਤ ਬਾਈ ਤੂੰ ਮੇਰੇ ਵਾਸਤੇ ਕੀ ਲਿਆਂਦਾ ਹੋਰ ਉਹ ਲਿਆਂਦਾ ਬਾਈ ਮੈਂ ਪਹਿਲਾਂ ਸੋਚਿਆ ਸੀ ਮੇਰਾ ਬਾਈ ਮੇਰੇ ਵਾਸਤੇ ਕੈਮਰਾ ਲੈ ਕੇ ਆਊਗਾ ਲੈ ਬਾਈ ਮੇਰੀ ਫੋਟੋ ਖਿੱਚ ਲੈ ਫੋਟੋ ਮੈਂ ਬੈਠਾ ਇਹ ਹੱਲ ਹੈ ਹੱਲ ਕਰ ਲੈ ਉਹ ਤੂੰ ਫੋਟੋ ਖਿਚਾ ਕੇ ਕੀ ਕਰਨੀ ਹੈ ਕਮਾਲ ਦੀ ਗੱਲ ਯਾਰ ਮੈਂ ਤਾਂ ਰੋਜ਼ ਤੇ ਉਡੀਕੀ ਜਾਂਦਾ ਸੀ ਵੀ ਕਦੋਂ ਤੂੰ ਆਏਗਾ ਤੇ ਮੇਰੀ ਫੋਟੋ ਖਿੱਚੇਗਾ ਦੇਖ ਮੈਂ ਬਹੁਤ ਥੱਕਿਆ ਮੈਂ ਜਰਾ ਆਰਾਮ ਕਰਦਾ ਤੂੰ ਇੱਥੇ ਖਿੱਚੀ ਮੈਂ ਕਿਹਾ ਭਰਾ ਤੂੰ ਐ ਨਾ ਕਰ ਲੈ ਥੱਕਿਆ ਪਿਆ ਇਹ ਜਹਾਜ਼ ਬੜਾ ਥੱਕਿਆ ਪਿਆ ਤੇ ਮੈਂ ਸਮਾਨ ਚੱਕ ਕੇ ਲਿਆ ਮੈਂ ਤਾਂ ਨਹੀਂ ਥੱਕਿਆ ਚੱਲ ਖੈਰ ਕੋਈ ਗੱਲ ਨਹੀਂ ਪਹਿਲਾਂ ਮੈਂ ਸਮਾਨ ਦੇ ਲਾ ਬਾਈ ਕੀ ਸਮਾਨ ਲੈ ਕੇ ਆਇਆ ਉਹਦੇ ਬਾਅਦ ਬੇਬੇ ਕੋਲੂਗੀ ਨਾ ਪਹੁੰਚ ਦੇਣਾ ਨਾ ਵਾਸਤਾ ਫਿਰ ਤਾਂ ਬੰਦ ਹੈ ਕਿੱਥੋਂ ਖੁੱਲੂਗਾ ਮੈਨੂੰ ਤਾਂ ਐਵੇਂ ਨਹੀਂ ਪਤਾ ਲੱਗਦਾ ਹਾਏ ਰੱਬ ਆ ਖੋਲਦਾ ਗੱਲ ਨਹੀਂ ਬਾਤ ਨਹੀਂ ਮੈਨੂੰ ਲੱਗਦਾ ਬਿਸਕੀ ਹੋ ਗਈ ਉਹ ਬਾਈ ਉਹ ਇਹਦੇ ਅੰਦਰੋਂ ਬਿਸਕੀ ਦਾ ਕੱਢ ਲੈਂਦਾ ਮੈਂ ਤਾਂ ਕਿਸੇ ਪਾਸੇ ਲੱਗਦਾ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਤਾਂ ਬਿਸਕੀ ਦੇ ਬਗੈਰ ਨਹੀਂ ਰਿਹਾ ਜਾਂਦਾ ਹੁਣ ਤੂੰ ਛੇਦੀ ਆ ਤੇ ਆ ਕੇ ਕੱਢ ਪਾਏਗਾ ਮਾਂ ਮੈਂ ਚੱਕ ਲੈਣਾ ਚਾਕਿਆ ਪਕੜਵਾ ਲੈਣਾ ਤੂੰ ਲੈ ਬਾਈ ਤੇਰੇ ਕੱਪੜੇ ਪਾ ਕੇ ਨਾ ਮੇਰੀ ਪ੍ਰਦੀਪ ਸਿੰਘ ਜੀ ਬਣ ਗਈ ਅੱਛਾ ਆ ਪਿੱਛੋਂ ਮਾੜੀ ਜਿਹੀ ਪੀੜੀ ਹੈ ਖੁੱਲੀ ਕਰਾਉਣ ਵਾਲੀ ਖੁੱਲੀ ਕਰਾ ਲੈ ਹਾਂ ਕਰਾ ਲੂੰਗਾ ਤੇ ਪੈਂਟ ਮਾੜੀ ਜਿਹੀ ਉੱਚੀ ਹੈ ਉਹ ਤਾਂ ਮੈਂ ਲੰਮਾ ਉਹ ਆਪੇ ਉੱਚੀ ਹੋਣੀ ਸੀ ਗੱਲ ਨਹੀਂ ਬਾਤ ਨਹੀਂ ਪਰ ਇਹ ਗੱਲ ਹੈ ਬਾਈ ਤੇਰੇ ਬਾਈ ਨੇ ਪਿੰਡ 'ਚ ਇੱਜ਼ਤ ਕਮਾਈ ਹੋਈ ਹੈ ਕੋਈ ਬੰਦਾ ਮੂਹਰੇ ਫੋੜ ਕੇ ਦਿਖਾਵੇ ਮੈਂ ਦੱਸਾਂ ਹਾਂ ਕੋਈ 2 ਰੁਪਏ ਮੰਗ ਕੇ ਦਿਖਾਵੇ ਮੈਂ ਦੱਸਾਂ 6 ਮਹੀਨੇ ਹੋ ਗਏ 100 ਰੁਪਏ ਲੈਣਾ ਤੇਰੇ ਕੋਲੋਂ ਲੈਣੇ ਆ ਤੇਰੇ ਕੋਲੋਂ ਲੈਣੇ ਆ ਤੇਥੋਂ ਗੱਲ ਨਹੀਂ ਬਾਤ ਨਹੀਂ ਕਿਤੇ ਬਾਤ ਨਹੀਂ 100 ਰੁਪਏ ਕੱਢ ਉਹ ਤੂੰ ਤੇਰੇ ਗੱਫੜ ਕੇ ਰੱਖਿਆ ਮੈਂ ਲੜਦਾ ਕਿ ਯਾਰ ਗੱਲ ਤਾਂ ਸੁਣ ਕਿਹੜਾ 100 ਰੁਪਏ ਦੇਣਾ ਭੁੱਲ ਗਿਆ ਲੈ ਕੇ 100 ਰੁਪਏ ਦੇਣਾ ਤੂੰ 100 ਰੁਪਏ ਮੇਰੇ ਤੇ ਯਾਦ ਨਹੀਂਗਾ ਤੂੰ ਪੁਰਾਣਾ ਭਾਉ ਦੇਣਾ ਹੋਵੇ ਲੈ ਪਤਾ ਨਹੀਂ ਇਹਨੂੰ ਪਤਾ ਨਹੀਂ ਹੋਣਾ ਹੁਣ ਤਾਂ ਮੇਰੇ ਯਾਦ ਨਹੀਂ ਲੈ ਫੜ 100 ਰੁਪਏ ਆਪਣਾ 100 ਰੁਪਏ ਦੇਖਿਆ ਕਰੇ ਆ ਤਾਂ 100 ਰੁਪਏ ਲੈ ਲਾ ਓ ਜਾ ਹੁਣ ਤੂੰ ਬੜੇ ਲੋੜ ਨਹੀਂ ਮੈਂ ਦੱਸਾਂ ਮੈਂ ਬਥੇਰੇ ਦੇ ਵਾਰੇ ਦੇਖੇ ਆ ਉਹ ਤੂੰ ਤਾਂ ਕਹਿੰਦਾ ਸੀ ਪਿੰਡ 'ਚ ਇੱਜ਼ਤ ਕਮਾਈਏ ਤੂੰ ਤੁਹਾਨੂੰ ਬਾਈ ਪਹਿਲਾਂ ਕਿਤੇ ਪੁਰਾਣਾ ਦੇਣਾ ਹੋਣਾ ਮੈਂ ਤਾਂ ਸਵਾਲ ਹੀ ਪਾਉਂਦਾ ਕਿਤੇ ਰੁਪਏ ਦੇਣਾ ਹੋਣਾ ਉਹ ਪੇੜਿਆ ਉਹ ਜਾਨਾ ਕਿੱਥੇ ਤੈਨੂੰ ਹੱਕਾ ਮਾਰੀ ਜਾਂਦੇ ਆ ਪੇੜਿਆ ਮੈਂ ਤੈਨੂੰ ਵਾਜਾ ਮਾਰੀ ਜਾਂਦਾ ਤੂੰ ਸੁਣਦਾ ਹੀ ਮੈਂ ਕਿ ਮੌਨ ਤਾਰਿਆ ਵੇ ਆ ਮੈਨੂੰ ਸੁਣਿਆ ਨਹੀਂ ਹੋਣਾ ਮੈਂ ਤਾਂ ਨਹੀਂ ਬੋਲਿਆ ਓਏ ਤੂੰ ਕੱਲਾ ਛੱਡ ਸਾਡਾ ਹਿਸਾਬ ਕਿਤਾਬ ਕਰ ਹਿਸਾਬ ਕਿਤਾਬ ਨੂੰ ਮੈਂ ਤੇਰਾ ਮਨੀਮ ਰੱਖਿਆ ਆਪ ਦਾ ਹਿਸਾਬ ਕਿਤਾਬ ਆਪੇ ਕਰ ਲੋ ਲੱਗਦਾ ਮਨੀਮ ਦਾ ਉਹ 100 ਰੁਪਏ ਕੋਈ ਲੱਗ ਗਿਆ 200 ਰੁਪਏ ਦੋ ਵਾਰੀ ਲੱਗ ਗਿਆ ਸਾਰਾ ਦੇਣਾ ਗਈ ਓਏ ਤਾਂ ਭਾਈ ਸਾਹਿਬ ਮੈਂ ਵੀ ਕੰਮ ਕੁਮ ਕੀਤਾ ਹੋਣਾ ਤਾਂ ਲਿਆਉਣੇ ਆ ਨਹੀਂ ਮੈਂ ਕਹਿੰਦੇ ਭਾਈ ਦੱਬਦਾ ਨਹੀਂ ਮੈਂ ਦੱਸਾਂ ਉਹ ਤੂੰ ਸਾਡਾ ਕੰਮ ਕਿਹੜਾ ਕਰ ਸਕਦਾ ਓਏ ਤੇਰੀ ਵੀ ਬੰਦੇ ਨੇ ਤੁਸੀਂ ਭਾਈ ਜੀ ਭਾਈ ਜੀ ਇੱਕ ਮਿੰਟ ਕਰ ਲੈਣੇ ਹੋ ਗੱਲ ਨਹੀਂ ਯਾਰ ਹਰ ਜਾ ਫੜ ਜਾ ਰਿਹਾ ਨਹੀਂ ਦੇਣੇ ਦੇ ਉਹ ਦੇਣੇ ਪਏ ਨਾ ਦੇਣੇ ਮਾਰ ਜੀ ਕਿੰਨੇ ਦਿਨੇ ਪਏ ਕਹਿੰਦੇ ਉਹਨੇ ਪਏ ਮੈਂ ਨਹੀਂ ਦੇਣਾ ਦੇ ਉਹ ਪਰ ਦੇਣੇ ਕਿੰਨੇ ਆ 100 ਰੁਪਏ ਇੱਕ ਦੇਣਾ ਆਹ 200 ਰੁਪਏ ਇੱਕ ਹੈ ਮੇਰੇ ਖਿਆਲ ਹੈ 200 ਰੁਪਏ ਇੱਕ ਹੈ ਉਹ ਤੇ ਫਿਰ 500 ਹੋ ਗਿਆ ਨਾ ਹੋ ਗਏ ਨਾ ਦੇ ਉਹ 500 ਮੰਗਦੇ ਆ ਭੱਲੇ ਆਇਆ ਮੰਗਣ ਵਾਲੇ ਐਵੇਂ ਤੇਰੇ ਨਾਲ ਤੁਰਨ ਦਾ ਘਾਟਾ ਹੀ ਘਾਟਾ ਆ ਅੱਲਾ ਫੜ 500 ਉਹ ਚੱਲ ਭਰਾਵਾ ਵੱਡੇ ਆਏ ਆ ਉਹ ਮੈਂ ਨਹੀਂ ਤੁਰਦਾ ਤੇਰੇ ਨਾਲ ਪੂਰਾ 600 ਰੁਪਏ ਖਲਾਤਾ ਮੇਰਾ ਤੂੰ ਉਹ ਬਾਈ ਤੈਨੂੰ ਦੇਖ ਕੇ ਪਤਾ ਨਹੀਂ ਕਿਵੇਂ ਖੁੰਮਾ ਮੰਗੂ ਨਿਕਲੇ ਪਹਿਲਾਂ ਤਾਂ ਮੇਰੇ ਮੂਹਰੇ ਕੁਛ ਦਿਨ ਹੁੰਦੇ ਸੀ ਅੱਜ ਬਾਈ 600 ਰੁਪਏ ਦੇ ਕੇ ਤੂੰ ਮੈਨੂੰ ਸੁਣਾਉਣ ਲੱਗ ਪਿਆ ਤੈਨੂੰ ਨਹੀਂ ਪਤਾ ਮੈਂ ਤੇਰੇ ਪਿੱਛੋਂ ਮਾਂ ਦੀ ਕਿੰਨੀ ਸੇਵਾ ਕੀਤੀ ਹੈ ਕਦੇ ਦੁਕਾਨ ਤੇ ਸਮਾਨ ਲਿਆ ਕਦੇ ਪਾਣੀ ਭਰ ਕਦੇ ਰੋਟੀਆਂ ਪਕਾ ਕਦੇ ਪੈਰ ਦਬਾ ਮੈਨੂੰ ਕਹਿੰਦੇ ਹੁੰਦੀ ਤੂੰ ਮੇਰਾ ਜੀਤ ਹੈ ਉਹ ਬਸ ਕਰ ਰੋਣਾ ਹੁਣ ਤੂੰ ਅੱਛਾ ਤੂੰ ਗੱਲ ਸੁਣ ਮੈਨੂੰ ਇਹ ਦੱਸ ਦੇ ਤੂੰ ਹਾਲੇ ਕਿੰਨਾ ਕੁ ਪੈਸਾ ਦੇਣਾ ਲੋਕਾਂ ਦਾ ਮੈਂ ਕਿਹਾ 2-4 ਦਾ ਹੋਰ ਦੇਣਾ ਹੋਣਾ ਯਾਰ ਅੱਧੀ ਰਾਤ ਨੂੰ ਓਏ ਕਿਹੜਾ ਹੈ ਬਾਈ ਕਿਹੜਾ ਖੜੂ ਪਾਈ ਜਾਂਦਾ ਮੈਨੂੰ ਪਤਾ ਤਾਂ ਲੱਗੇ ਹੈ ਜ਼ਿੰਦਗੀ ਜਨੂਨ ਹੈ ਪੜੀ ਹੋਈ ਬਦਲੂਨ ਹੈ ਪੜ ਕੇ ਹੰਡਾਈ ਜਾ ਗੀਤ ਖੁਸ਼ੀ ਦੇ ਗਾਈ ਜਾ ਓਏ ਵਾਹ ਤੇਰੇ ਗਾਉਣ ਵਾਲਿਆ ਤੇ ਇੱਧਰ ਫੇਟੇ ਮੂੰਹ ਲਿਖਣ ਵਾਲਿਆ ਓਏ ਤੂੰ ਲਿਖਣਾ ਸੀ ਬਈ ਜ਼ਿੰਦਗੀ ਮਜਨੂਨ ਹੈ ਪਾਟੀ ਤੇਰੀ ਪਤਲੂਨ ਹੈ ਤੇ ਦਾਤ ਘੱਟ ਨੂਣ ਹੈ ਜੇ ਸ਼ਰਾਬ ਵਾਲੀ ਪੀਏਗਾ ਤਾਂ ਸਾਹਮਣੇ ਕਾਨੂੰਨ ਹੈ ਤੇ ਮਦਾਕਣੀ ਦੀ ਪਹਿਲੀ ਫਿਲਮ ਮਜਲੂਮ ਹੈ ਤੇ ਇਹ ਸਾਨੂੰ ਮਲੂਮ ਹੈ ਓਏ ਕਿਹੜਾ ਪੰਗਾ ਲੈਂਦਾ ਮੈਂ ਕਿਹਾ ਸੰਭਲ ਕੇ ਹਾਏ 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 ਚੰਗਾ ਕੰਮ ਕੋਈ ਕਰਨਾ ਨਹੀਂ ਰਿਸ਼ਵਤ ਲੈਣੋ ਡਰਨਾ ਨਹੀਂ ਮੁਲਕ ਦਾ ਪੱਠਾ ਭਾਈ ਜਾ ਗੀਤ ਖੁਸ਼ੀ ਦੇ ਗਾਈ ਜਾ ਵਾਹ 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 ਓਏ ਬੱਲੇ 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 ਗੀਤ ਖੁਸ਼ੀ ਦੇ ਓਏ ਮੰਨ ਗਏ ਓਏ ਤੈਨੂੰ ਉਹ ਮੈਨੂੰ ਐ ਲੱਗਦਾ ਵੀ ਛੋਟੀ ਬੁੜੀ ਮਰਾਸੇ ਦੇ ਘਰੇ ਜਾਂਦੀ ਰਹੀ ਹੋਊਗੀ ਓ ਜਾਣੇ ਵਾਲੇ ਬਾਲਮਵਾ
साढ़े कोल आ साढ़े कोल आ ओ मैं क्या मोतियां वाली सरकार है तुहाड़ी डुलदी जवानी देख के मेरे अंग अंग विच अग लग गई जे हाय हाय की गल है भाई साहब ओए तू मेरे उत्ते पानी को भाई पानी मैं पाया तेरे अग लगी हुई सी अग नु बुझाना मेरा फर्ज है भाई साहब तू कुड़ी दा मामा लगदा ते तू कुड़ी दा चाचा लगदा है तेरी ते मैं ऐसी तैसी कीती मैं लगदा कुड़ी दा यार तू की लगदा मैं जो भी बजाना जो है जी जिदे च ना बजदी होवे ना ओदे च मैं बजाना भाई साहब पहले पुत्र अपनी इज्जत दा बचा चल फुट जा तू फुट जा फुट जा ए आ जली ओए इधर आ कुड़िए तू माल कर तू छड्ड दे मसा फड़ के ले गया देखा अज मैं फसे ना सिगा ओहो मैं आप कहना की अज तो आप मसा छुटे हैं तू तो छुट जाना सी कोई ना मैनू ले जाना सी किते ओ दा शुक्र है लुधियाना दा बादशाह आ गया ते ओने आपां नू छड़ा लिया नहीं तो पता नहीं सारे ने केड़ियां घुंफड़ घेरियां पा देना सी मैं क्या इन्ना घूमने घेरिया तो बचने वास्ते ना आप एक प्रोग्राम बनाइए ते आपां ब्याह करा लिए ताकि मैं लोगों नू कह सकां कि तू मेरी बहू है पर तेरी पोजीशन कित्थे बनी है ब्याह वाली ए ब्याह वाली पोजीशन तो आया हुंदी है भी साडी पोजीशन सदा ब्याह दे बाद ही बनदी है साडे बड़े दी पोजीशन भी ब्याह दे बाद ही बनदी हुंदी सी उदों पहलां तां उहनूं कोई डेल्या बटे नहीं जानदा सी ऐ करदे आ मैं ना जीत दी मां कोल गल करदा तो उह अपने दोनों दा ब्याह करा दूंगी ते जदों ब्याह कराता ना उहदे बाद देखी मेरी की पोजीशन बनदी है ते रंग लग जाणगे चौड़ी ना होवेगा आ जा मेरे नाल लग जा मड़ जा बस मैनूं सुआद आ जांदा जदों तू मेरे नाल लग जी देख के दा घराड़े मारन लगा ओ पेड़िया ओ पेड़िया हाँ हाँ भाई चल उठ खट ओ रहन दे यार तू तो ओदे मर जावड़ेगा ते मेनू इथे कोई ना कोई काम ला जाएगा मेनू पहन दे यार आराम नाल ओ नहीं नहीं उठ मैं ते नाल लेके चलूंगा हाँ चल उठ नाल लेके चलेगा चल ठीक है फिर ता यार मौजा बन गया हाँ मैं आराम कर रहा सी चंगा ठीक जा जल्दी बाथरूम जा जा अब मैं बना फिर हाँ चल छेती करी मैं भी नहाना बोतल चाके कितने चलना बाहर जंगल पानी जाके होना है की क्या जंगल पानी सारा जंगल पानी दा लगदा ओए इत्थे तां जंगल 50-50 मील तक है नी तू जंगल पानी कित्थे जा मैनूं जा दे यार ओ नहीं नहीं आ अंदर मैं तैनूं बाथरूम दिखावा आ जा तू दस्सा बै हुण मैं ठीक हो गया ला हुण दस की गल है बह जा इत्थे कमाल दी गल है कोई दा खुई है ते आ टोब है इहदे उत्ते मैं किवें बैठा इहदे मैं चाह बनाउण वास्ते पानी लिया यार बेड़ा बह जा ओ इत्थों चाह बनांदा सी ते होर ओए इह तां टॉयलेट आ टॉयलेट इत्थे मैं कर देआं ओ ना भरावा खुई जे मैं लिपट जूगी मैं तैनूं बिठा जांदा यार हो जाएगा मैं सा ओए हैया ओ ना भरावा तू आ रे मेरा कुर्ता डिग पिया कुर्ता डिगण दी इन्नी आवाज ओ कुर्ते विच मैं भी सीगा ना दरवाजा तो बंद कर दिया चलो तैयार हो गया तू का डर गया कुछ नहीं किया मैं माफ कर दो हाई मर गया गोली किवें बजी जो मैं आप बोलूं ओए ये तो फिल्म चल रही है छोले बड़े बड़े निशाने बाज हमारे पैर अच्छा आ जा आ जा ओ आजा आजा लंगे पर यार तू तो मैंने कह दिया हर जगह मरवाएगा क्यों हाँ पटाखे पे जाते हैं ओए तो फिल्म चल रही है छोले देखी नहीं तू हाँ देखी जाए यार भाई मन के तेन तू तो घरे सिनेमा ला रखे चंगा तू फिल्म देख मैं ना क्या स्वाद लिया था अच्छा कोई वाली दे लैन दे नहीं कोई रौला नहीं पैंदा तू देखी चल फिल्म मैं ना ला वाह बल्ले स्वाद आ गया वाह भाई मन के तेन स्वाद लिया था मैं यार ठीक है ठीक है अरे हाँ? ये तो तुम्हारा दोस्त भी है ओ बा भाई धर्मेंद्र सिया तू तो इतने भी रौनक ला रखी है ते जो मैं हिंदुस्तान सीगा उत्थे भी रौनक ला रखी सी जिधर देखदा जी तेरी फिल्म लगिया हुंदिया सी इधर भी तेरी फिल्म लगी है मैनू लगता है सारी दुनिया तू छाया है ओ मैं भरावा तेनू मर गया कि तू अपने देश का ना पैदा करता अपने खानदान का ना पैदा करता चलन दे और अब आंखें बंद कर लो बंद जो भी बंद कर रखी है यूकी ये क्या कह रहा है इसकी तो आदत है की जंदा जो सुनी चले जी की जंदा है गल नहीं बात नहीं मन की अब अच्छा देखो वो आम नजर आ रहा है आम नजर आई जंदा कि तेनू आम देख
आंखें बंद करके आ तेनु कहंदा आप करी देख तुमने क्या दोनों आंखें बंद कर ली हां दोनों नहीं पाई आंख ये आंख बंद करो ओए तेनु फसाउण नु फिरदा है तू फस जा और मेनू लगदा तू फस जाएगी ये तेनु फसाए बिना हटदा नहीं ने अब गोली चला दो चल ओ मम्मा मैं डरे नहीं डरे नहीं मैं हाय बल्ले हां अपने आए भी है कि यार ऐसे तो कोई गल नहीं वापस आउ था इस वेले हां के मैसेजर बार आ गया के रोक लेने गड्डी पता होवे दा आओ अच्छा अच्छा बल्ले भाई मान गए मुल्क नु ना इथे बोते ना खोते ना दूर ना कुत्ते पर डंगर पशु तो दिखाई नहीं था यार इथे बकारा ही कारा फिर दिया भाई ਕਾਰਾਂ ਹੀ ਕਾਰਾਂ ਫਿਰਦੀਆਂ ਆ ਦੇਖੀ ਬਾਈ ਮੇਮਕੇ ਵਿੱਚ ਪਈ ਜਾਂਦੀ ਹੈ ਇੱਥੇ ਇੱਦੇ ਪਈ ਜਾਂਦੀ ਭਾਰੇ ਬਾਈ ਤੇ ਇੱਥੇ ਤਾਂ ਫਿਰ ਪਸ਼ੂ ਚਾਰ ਜਾਣਗੇ ਲੋਕ ਉਹ ਨਹੀਂ ਇਹ ਪਾਰਕ ਹੈ ਬੰਦਿਆਂ ਦੇ ਘੁੰਮਣ ਲਈ ਅੱਛਾ ਬੰਦਿਆਂ ਦੇ ਘੁੰਮਣ ਵਾਸਤੇ ਪਸ਼ੂ ਇਹਦੇ ਭੁੱਖੇ ਮਾਰ ਦਿੰਦੇ ਆ ਉਹ ਤੈਨੂੰ ਤਾਂ ਤੂੜੀ ਮਿਲ ਜਾਂਦੀ ਹੈ ਕਿ ਨਹੀਂ ਉਹ ਮੈਂ ਕਿਹਾ ਬਾਈ ਤੂੰ ਮੈਨੂੰ ਐਵੇਂ ਘੁੰਮਣ ਕੇ ਏਰੀਆ 'ਚ ਪਾ ਰੱਖਿਆ ਹੈ ਮੈਨੂੰ ਲੱਗਦਾ ਤੂੰ ਆਪਦੀ ਭਿੱਲੋ ਲੱਭੀ ਜਾਂਦਾ ਤੇ ਮੈਨੂੰ ਕਿਸੇ ਪਤਾ ਲਿਜਾਂਦਾ ਨਹੀਂ ਗਾ ਯਾਰ ਹੈ ਨਾ ਤੂੰ ਮੇਰਾ ਘਰ ਉਹ ਤੂੰ ਚੁੱਪ ਕਰਕੇ ਬੈਠਦਾ ਨਹੀਂ ਕਹਿੰਦਾ ਬਾਈ ਤੂੰ ਸਵਾਦ ਲਿਆ ਤਾ ਮੈਂ ਕਿਹਾ ਮੈਂ ਤਾਂ ਤੈਨੂੰ ਮੰਨ ਗਿਆ ਇਹ ਦੀਵਾਲੀ ਆ ਮੈਨੂੰ ਲੱਗਦਾ ਨਾ ਇਹ ਆਪਦੀ ਦੀਵਾਲੀ 'ਚ ਨਾ ਦੀਵੇ ਦੇ ਮੋਮਬਤੀ ਘੱਟ ਹੀ ਵਰਤਦੇ ਆ ਇਹ ਤਾਂ ਬਿਜਲੀ ਦੇ ਬੰਨੋ ਬੰਨੀ ਦੇ ਲਾਟੂ ਵਰਤਦੇ ਆ ਹੁਣ ਮੈਂ ਦੇਖਣਾ ਵੀ ਸੁਰਲੀਆਂ ਦੇ ਫੁੱਲ 'ਚ ਨਿਕਲਦੇ ਹੁੰਦੇ ਆ ਆਪੇ ਤਾਂ ਤੁਰੀਆਂ ਜਾਂਦੇ ਉਹ ਦੀਵਾਲੀ ਨਹੀਂ ਨਾਈਟ ਕਲੱਬ ਹੈ ਨਾਈਟ ਕਲੱਬ ਅੱਛਾ ਮਾ ਕਿਹੜਾ ਤੋਪ ਖਾਨੇ ਹਾਂ ਉੱਤਰ ਕੇ ਮੈਂ ਤੈਨੂੰ ਦਿਖਾਵਾਂ ਚੱਲ ਆ ਜਾ ਹਾਂ ਹਾਂ ਆ ਬਾਈ ਮੜੀ ਬੱਦਰੀ ਖੋਲੀ ਕਰਾ ਉਹ ਤੈਨੂੰ ਖੋਲਣੀ ਵੀ ਨਹੀਂ ਆਉਂਦੀ ਠੀਕ ਹੈ ਮੈਨੂੰ ਬੁਲਾਏਗਾ ਯਾਰ ਤੂੰ ਮੈਨੂੰ ਕਿੱਥੇ ਲਿਆਇਆ ਉਹ ਨਾਈਟ ਕਲੱਬ ਹੈ ਇਹਦਾ ਬਿਲਕੁਲ ਹੀ ਨਾ ਪਰੀਆਂ ਦਾ ਮਹੱਲਾ ਲੱਗਦਾ ਚੁੱਪ ਪਰੀਆਂ ਦਾ ਮਹੱਲੇ ਦਾ ਓਏ ਇਹਦਾ ਮੇਰੇ ਕਿਨ ਦੇਖੀ ਜਾਂਦੀ ਹੈ ਮੈਨੂੰ ਲੱਗਦਾ ਮੈਨੂੰ ਪਛਾਣਦੀ ਹੈ ਮੈਨੂੰ ਲੱਗਦਾ ਤੂੰ ਜੁੱਤੀਆਂ ਖਾਏਗਾ ਇਹਦਾ ਸਵਾਲ ਹੈਗਾ ਭਰਾਵਾ ਤੂੰ ਤਾਂ ਰੋਜ਼ ਆਉਂਦਾ ਹੋਏਗਾ ਤੈਨੂੰ ਤਾਂ ਸਾਰੀਆਂ ਪਛਾਣਦੀਆਂ ਹੋਣਗੀਆਂ ਛੱਡ ਬਿਸਕੀ ਕਿਹੜੀ ਪਈ ਹੈ ਪੀਊਂਗਾ ਨਾ ਉਹ ਮਹਿੰਗੀ ਬਿਸਕੀ ਹੁੰਦੀ ਹੈ ਸਕਾਚ ਹਾਂ ਸਕਾਚ ਹਾਂ ਸਕਾਚ ਮੈਂ ਹੁਣੇ ਲੈ ਕੇ ਆ ਸਕਾਚ ਹਾਂ ਪਰੇ ਪਰੇ ਨੱਚੀ ਨਾ ਜਾ ਇਧਰ ਆ ਜਾ ਤੁਸੀਂ ਵੀ ਪੀਨੇ ਹੋ ਮੈਂ ਵੀ ਪੀ ਲੂੰਗਾ ਤੂੰ ਤਾਂ ਛੇਤੀ ਲਿਆ ਉਹ ਬਾਈ ਛੇਤੀ ਲਿਆ ਹਾਏ ਹਾਏ ਛੇਤੀ ਲਿਆ ਪੀਲਾ ਬਾਈ ਲੈ ਫੜਾ ਵੀ ਪੀਲਾ ਇਹ ਮੈਂ ਸੁਪਨਾ ਦੇਖੀ ਜਾਂਦਾ ਕਿ ਅਸਲੀ ਚੀਜ਼ਾਂ ਦੇਖੀ ਜਾਂਦਾ ਓਏ ਸਭ ਅਸਲੀ ਚੀਜ਼ਾਂ ਹਾਏ ਹਾਏ ਮਾੜੀ ਹੋਰ ਲਿਆ ਦੇ ਬਾਈ ਉਹ ਮੈਂ ਲੈ ਕੇ ਆਇਆ ਹੋਇਆ ਮੈਂ ਤੇਰਾ ਦੇਣਾ ਕਿੱਥੇ ਕਿੱਥੇ ਦੇਊਂਗਾ ਮੈਂ ਤਾਂ ਉੱਥੇ ਵੀ ਲੰਘਿਆ ਤੇ ਇੱਥੇ ਵੀ ਲੰਘਿਆ ਮੈਂ ਕਿਹਾ ਬਾਈ ਹੁਣ ਤਾਂ ਫੇਰ ਹੀ ਪੀਵਾਂਗੇ ਸਵਾਦ ਲੈ ਲੈਣਗੇ ਮਰ ਗਿਆ ਹਾਏ ਮਰ ਗਿਆ ਮਾਫ ਕਰ ਦਿਓ ਮਾਮਾ ਜਿੱਤਿਆ ਜਿੱਤਿਆ ਇੱਧਰ ਆਈ ਇੱਧਰ ਆਈ ਹਾਂ ਜਿੱਤਿਆ ਹਾਏ ਹਾਂ ਜੀ ਦੇਖੀ ਸਿੰਘ ਸੌਰੀ ਹਾਏ 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 ਦੇਖਿਆ ਮੇਰਾ ਸਾਰਾ ਕਿਵੇਂ ਕਮਲਾ ਹੋਇਆ ਫਿਰਦਾ ਪਰ ਕਮਲਾ ਤਾਂ ਹੋਣਾ ਸੀ ਜਿਹੜਾ ਪੈਸੇ ਨਾਲ ਪਿਆਰ ਕਰੂਗਾ ਉਹ ਹੀ ਕਮਲਾ ਹੋਊਗਾ ਉਹ ਪੈਸਾ ਤਾਂ ਆਉਣੀ ਜਾਣੀ ਚੀਜ਼ ਹੈ ਮੇਰੇ ਬਾਈ ਜੀਤੋ ਨੂੰ ਦੇਖਿਓ ਉਹਦਾ ਯਾਰਾਂ ਦਾ ਯਾਰ ਹੈ ਉਹ ਜਦੋਂ ਯਾਰੀ ਪਾਉਂਦਾ ਨਾ ਤਾਂ ਮੁੜ ਤੋਂ ਲਾ ਕੇ ਅਖੀਰ ਤੱਕ ਨਿਭਾਉਂਦਾ ਹੈ ਓ
ਬਹਿ ਗਿਆ ਯਾਰੀ ਚੜ੍ਹਦੀ ਯਾਰੀ ਚੜ੍ਹਦੀ ਤੂੰ ਤਾਂ ਮੋਛਾ ਤੇ ਕਦੇ ਨਾ ਬਚਾਇਆ ਟੁੱਟਦਾ 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 ਤੇ ਜਿੰਨਾ ਮਰਜ਼ੀ ਜੋਰ ਲਾ ਲਓ ਪੇੜਾ ਰਾਮ ਦਾ ਪਿਆਰ ਨਾ ਮੁੱਕਦਾ ਕਿ ਇੱਕਦਮ ਤੇ ਬੜੀ ਪਿਕਦਮ ਡਿਗਰੀ ਕਿ ਇੱਕਦਮ ਡਿਗਰੀ ਕਿ ਇੱਕਦਮ ਡਿਗਰੀ।